ਮੈਂ ਬਚਪਨ 'ਚ ਇੱਕ ਗਾਣਾ ਸੁਣਦਾ ਹੁੰਦਾ ਸੀ, ਮੈਨੂੰ ਪਤਾ ਨਹੀਂ ਸੀ ਕਿੱਥੇ ਜਾ ਕੇ ਮੈਨੂੰ ਇਹ ਗਾਣਾ ਯਾਦ ਆਉਣਾ। ਅੱਜ ਕੇਂਦਰ ਸਰਕਾਰ ਨੂੰ ਪੰਜਾਬ ਬਾਬੂ ਸਿੰਘ ਮਾਨ ਦਾ ਉਹ ਗਾਣਾ ਯਾਦ ਕਰਾ ਰਿਹਾ, ਕਿੱਥੇ ਭੱਜ ਜਾਏਗੀ ਜਾਨ ਛਡਾ ਕੇ, ਪੁੱਠਾ ਪੰਗਾ ਲੈ ਲਿਆ ਜੱਟੀਏ ਐਵੇਂ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ। ਇਹ ਹੁਣ ਬੋਕਦੇ ਸਿੰਘਾਂ ਨੂੰ ਹੱਥ ਲਾ ਲਿਆ, ਇਹ ਤਾਂ ਹੁਣ ਏਦਾਂ ਨਿਪਟਾਰਾ ਨਹੀਂ ਹੋਣਾ, ਏਦਾਂ ਨਿਤਾਰਾ ਨਹੀਂ ਹੋਣਾ। ਮੈਨੂੰ ਹੁਣੇ ਮੀਡੀਆ ਵਾਲੇ ਪੁੱਛ ਰਹੇ ਸੀ ਕਿ ਤੁਹਾਨੂੰ ਇਸ ਮੁਜ਼ਾਹਰੇ ਦਾ, ਇਸ ਅੰਦੋਲਨ ਦਾ ਸਿੱਟਾ ਕੀ ਨਜ਼ਰ ਆ ਰਿਹਾ। ਮੈਂ ਕਿਹਾ ਮੈਨੂੰ ਸਿੱਟਾ ਨਜ਼ਰ ਆ ਰਿਹਾ ਕਿ ਸਾਡਾ ਕਿਸਾਨ ਵਾਪਸ ਜਾ ਰਿਹਾ, ਅੱਗੇ 2000 ਢੋਲ ਵੱਜਦਾ ਜਾ ਰਿਹਾ, ਭੰਗੜੇ ਪੈਂਦੇ ਜਾ ਰਹੇ ਨੇ, ਮੋਰਚਾ ਫਤਿਹ ਕਰਕੇ ਘਰਾਂ ਨੂੰ ਮੁੜਦੇ ਜਾ ਰਹੇ ਆਪਾਂ। ਮੈਨੂੰ ਇਹ ਨਹੀਂ ਸਮਝ ਆਈ ਕਿ ਇਹਨਾਂ ਦੇ ਵਿੱਚ ਕੁਝ ਤਾਂ ਸਿਆਣੇ ਲੋਕ ਵੀ ਬੈਠੇ ਹੋਣਗੇ ਜਿਹੜੇ ਸਰਕਾਰਾਂ ਚਲਾਉਂਦੇ ਨੇ, ਇਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਲੱਗਦਾ ਕਦੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿਕੰਦਰ ਸਾਰੀ ਦੁਨੀਆ ਫਤਿਹ ਕਰਕੇ ਜਦੋਂ ਪੰਜਾਬ ਚੋਂ ਲੰਘਦਾ ਜਾਂਦਾ ਸੀ, ਕੀੜੇ ਮਕੌੜਿਆਂ ਵਾਂਗ ਧਰਤੀ ਦੇ ਰਾਜਿਆਂ ਮਹਾਰਾਜਿਆਂ ਨੂੰ ਲਤਾੜਦਾ ਜਾਂਦਾ ਸੀ, ਉਹਨੂੰ ਲੱਗਾ ਵੀ ਇਹ ਸੌਖਾ ਜਿਹਾ ਰਾਹ, ਇੱਥੋਂ ਨਿਕਲ ਕੇ ਵਾਪਸ ਜਾਂਦੇ ਹਾਂ। ਉਹਨੂੰ ਅੱਗੇ ਇੱਕ ਪੰਜਾਬ ਦਾ ਇੱਥੇ ਜੱਟ ਖੜਾ ਮਿਲਿਆ ਸੀ, ਉਹਦਾ ਨਾਂ ਸੀ ਪੋਰਸ, ਜਿਹੜਾ ਸਿਕੰਦਰ ਕਿਸੇ ਕੋਲੋਂ ਨਹੀਂ ਸੀ ਥੰਮਿਆ ਗਿਆ। ਪੋਰਸ ਨੇ 56 ਇੰਚ ਦਾ ਸੀਨਾ ਉਹਦੇ ਅੱਗੇ ਇੱਦਾਂ ਖੜਾ ਕਰ ਦਿੱਤਾ ਸੀ, ਉਹਨੂੰ ਕਹਿੰਦੇ 56 ਇੰਚ ਦਾ ਸੀਨਾ, ਜਿਹੜਾ ਸਿਕੰਦਰ ਦੇ ਅੱਗੇ ਅੜ ਕੇ ਖੜਾ ਹੋ ਗਿਆ ਸੀ। ਉਹ ਇਤਿਹਾਸ ਨਹੀਂ ਸੀ ਪੜ੍ਹਿਆ ਤੇ ਤਾਜ਼ਾ ਇਤਿਹਾਸ ਪੜ੍ਹ ਲੈਂਦੇ ਕਿ ਜਿੱਥੇ ਸਿਕੰਦਰ ਸਾਰੀ ਦੁਨੀਆ ਫਤਿਹ ਕਰਕੇ ਮੁੜਦਾ ਸੀ, ਇੱਕ ਜਗ੍ਹਾ ਤੇ ਉਹ ਵੀ ਨਹੀਂ ਸੀ ਪਹੁੰਚਿਆ, ਉਹ ਜਗ੍ਹਾ ਸੀ ਅਫਗਾਨਿਸਤਾਨ। ਨਾ ਅੰਗਰੇਜ਼ ਉੱਥੇ ਪਹੁੰਚੇ, ਨਾ ਅਫਗਾਨਿਸਤਾਨ ਦੇ ਵਿੱਚ ਸਿਕੰਦਰ ਗਿਆ ਸੀ। ਅੱਜ ਅਮਰੀਕਾ ਦੀ ਵੀ ਉੱਥੇ ਬੱਸ ਹੋ ਗਈ, ਉਹ ਵੀ ਉੱਥੇ ਜ਼ੋਰ ਨਹੀਂ ਚੱਲਿਆ। ਇੱਕੋ ਵਾਰੀ ਹੈ ਜਦੋਂ ਕਾਬਲ ਦੇ ਤਖਤ ਦੇ ਉੱਤੇ ਆਹ ਖੰਡਾ ਫੜ ਕੇ ਬੈਠਾ ਸੀ ਹਰੀ ਸਿੰਘ ਨਲੂਆ, ਉਹ ਜਿਨ੍ਹਾਂ ਨੇ ਅਫਗਾਨ ਦਾ ਲਿਹਾਜ਼ ਨਹੀਂ ਕੀਤਾ। ਤੁਸੀਂ ਤੇ ਆਹ ਬੈਠੇ ਹੋ ਸਾਡੇ ਲਾਗੇ। ਉਹ ਇਹ ਬੜੀ ਸਾਦੀ ਕੌਮ ਹੈ, ਇਹ ਬੜੇ ਸਾਦੇ ਬਾਬੇ ਸਾਡੇ ਬੈਠੇ ਨੇ। ਮੈਂ ਤਾਂ ਕੱਲ ਵੀ ਇੱਕ ਵੀਡੀਓ ਪਾਈ, ਇੱਕ ਫੋਟੋ ਪਾਈ ਸੀ ਆਪਣੇ ਇੰਸਟਾਗ੍ਰਾਮ ਤੇ, ਇੱਕ ਬਾਬਾ ਇੱਕੋ ਬਾਹ ਨਾਲ ਬੈਠਾ ਵਿਚਾਰਾ, ਆ ਹੁਣ ਵੀ ਮੇਰਾ ਵੀਰਾ ਵੇਖੋ ਆ ਵੀਡੀਓ ਬਣਾ ਰਿਹਾ। ਕੁਦਰਤ ਦੀ ਮਾਰ ਆ, ਕਰੋਪੀ ਹੈ, ਕੱਲ ਨੂੰ ਮੇਰੇ ਸਰੀਰ ਦਾ ਨਹੀਂ ਪਤਾ। ਆ ਇੱਕ ਬਾਹ ਨਾਲ ਹੀ ਬਣਾ ਰਿਹਾ, ਮੈਂ ਥੱਲੇ ਕੈਪਸ਼ਨ ਦਿੱਤੀ ਸੀ, ਜਿੱਥੇ ਧਰ ਦਈਏ ਪੈਰ ਉੱਥੋਂ ਨਹੀਂ ਉਹ ਹਿੱਲੀਦਾ, ਜਿੱਥੇ ਧਰ ਦਈਏ ਪੈਰ ਉੱਥੋਂ ਨਹੀਂ ਉਹ ਹਿੱਲੀਦਾ, ਇੱਕੋ ਹੱਥ ਨਾਲ ਹੀ ਚੁੱਕ ਲਾਂਗੇ ਭਾਰ ਦਿੱਲੀ ਦਾ। ਸਾਦੇ ਲੋਕ ਨੇ, ਇਹਨਾਂ ਨੂੰ ਲੱਗਾ ਭਈ ਇਹ ਤਾਂ ਕਛਹਿਰੇ ਪਾ ਕੇ ਧੁੱਪੇ ਨੰਗੇ ਪਿੰਡੇ ਕਈਆਂ ਲੈ ਕੇ ਖਾਲ ਪੁੱਟਦੇ ਹੁੰਦੇ ਨੇ, ਨੱਕੇ ਮੋੜਦੇ ਨੇ, ਇਹਨਾਂ ਨੂੰ ਕੀ ਪਤਾ GT ਰੋਡ ਕਿੱਥੇ ਹੈ। ਉਹਨਾਂ ਲੱਗਦਾ ਸੀ ਬਾਬੇ ਨੂੰ ਇਹ ਨਹੀਂ ਪਤਾ ਟਰਾਲੀ ਤੇ ਚੜੀਦਾ ਕਿਵੇਂ ਆ ਪਿੱਛੋਂ, ਉਹ ਬਾਬੇ ਉੱਤੇ ਟਰੱਕਾਂ ਦੇ ਉੱਤੇ ਚੜੇ ਜੇ। ਉਹ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਨੱਕੇ ਮੋੜਨ ਵਾਲੇ ਜਦੋਂ ਨੱਕਾ ਮੋੜਨ ਤੇ ਆ ਜਾਂਦੇ, ਸਰਕਾਰਾਂ ਦੇ ਨੱਕੇ ਵੀ ਮੋੜ ਦਿੰਦੇ ਨੇ ਫਿਰ। ਇਹਨਾਂ ਨੂੰ ਲੱਗਾ ਵੀ ਇਹ ਕਈ ਸਾਲਾਂ ਤੋਂ ਸੁੱਤੇ ਪਏ ਨੇ, ਵੀ ਇਹ ਸੌਂ ਗਏ ਨੇ। ਉਹ ਸ਼ੇਰ ਵੀ ਜਦੋਂ ਸੌਂਦਾ ਮਸਤੀ ਨਾਲ ਸੌਂਦਾ, ਉਹ ਕੀੜੇ ਮਕੌੜੇ ਆਉਂਦੇ ਲੜਦੇ, ਪੰਛੀ ਪਰਿੰਦੇ ਚਿੜੀਆਂ ਕਾਂ ਆ ਕੇ ਤੇ ਕੰਨ ਦੇ ਉੱਤੇ ਠੁੰਗ ਮਾਰ ਕੇ ਲੰਘ ਜਾਂਦੇ, ਸ਼ੇਰ ਪਰਵਾਹ ਨਹੀਂ ਕਰਦਾ, ਕਹਿੰਦਾ ਚੱਲ ਮੌਜਾਂ ਕਰ ਕੋਈ ਗੱਲ ਨਹੀਂ। ਪਰ ਜਦੋਂ ਫਿਰ ਉਹਨੂੰ ਤੁਸੀਂ ਛੇੜ ਲਓ ਨਾ ਸੁੱਤੇ ਸ਼ੇਰ ਨੂੰ, ਤੇ ਉਦੋਂ ਫਿਰ ਜੰਗਲ ਤਹਿਸ ਨਹਿਸ ਹੋ ਜਾਂਦਾ, ਤੁਹਾਨੂੰ ਮੈਂ ਦੱਸ ਦਿਆਂ। ਔਰ ਉਹਨਾਂ ਨੂੰ ਇਹ ਪਤਾ ਕੀ ਲੱਗਦਾ ਸੀ ਭਈ, ਉਹਨਾਂ ਨੂੰ ਲੱਗਦਾ ਸੀ ਇਹ ਸੁੱਤੇ ਨੇ, ਇਹ ਅਨਪੜ੍ਹ ਲੋਕ ਨੇ, ਤੁਹਾਨੂੰ ਅਨਪੜ੍ਹ ਸਮਝਦੇ ਸੀ। ਉਹਨਾਂ ਨੂੰ ਲੱਗਦਾ ਸੀ ਭਈ ਇਹਨਾਂ ਨੇ ਕਿੱਥੇ ਜਾਗਣਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਾ ਬਾਬਾ ਸਾਰੀ ਲੁਕਾਈ ਨੂੰ ਇੱਕ ਗੱਲ ਸਮਝਾ ਗਿਆ ਸੀ, ਜਬੇ ਬਾਣ ਲੱਗਿਓ, ਜਬੇ ਬਾਣ ਲੱਗਿਓ, ਜੇ ਤੁਸੀਂ ਬਾਣ ਚਲਾਓਗੇ, ਜੇ ਬਾਣ ਆ ਕੇ ਸਾਡੇ ਲੱਗੇਗਾ ਤੇ ਫਿਰ ਇਸ ਕੌਮ ਨੂੰ ਸੌਣਾ ਵੀ ਭੁੱਲ ਜਾਂਦਾ, ਸੌਈ ਦਾ ਕਿਵੇਂ ਆ। ਆਹ ਕਲੋਨੀਆਂ ਬਣ ਗਈਆਂ, ਪਿੰਡ ਬਣ ਗਏ। ਮੈਂ ਤਾਂ ਕੱਲ ਵੀ ਹੱਸਦਾ ਸੀ ਕਿ ਜਿੰਨੇ ਪੱਕੇ ਡੇਰੇ ਲਾ ਲਏ, ਲੋਕਾਂ ਨੇ ਤੇ ਐਡਰੈਸ ਦੇਣ ਲੱਗ ਪੈਣਾ ਕਿ ਚਿੱਠੀ ਇੱਥੇ ਪਾਈ, ਅੱਗੋਂ ਜਾਂਦਿਆਂ 13ਵੀਂ ਜਿਹੜੀ ਟਰਾਲੀ ਮੇਰੀ ਹੈ।
ਬਾਕੀ ਆ ਚਿੱਠੀਆਂ ਵੀ ਦੇਣ ਇੱਥੇ ਆਉਣਗੇ ਲੰਮਾ ਪ੍ਰੋਗਰਾਮ ਬਣਾ ਕੇ ਆਏ ਆ ਸੋ ਮੈਂ ਸਿਰਫ ਇੰਨਾ ਦੱਸਣਾ ਚਾਹੁੰਦਾ ਹੁਣ ਇੱਕ ਗੱਲ ਮੈਂ ਹਿੰਦੀ 'ਚ ਵੀ ਕਰਾਂਗਾ ਹੁਣ ਕਿਉਂਕਿ ਹਿੰਦੀ ਮੀਡੀਆ ਵੀ ਕਵਰ ਕਰ ਰਿਹਾ ਸਾਨੂੰ ਇੱਕ ਬਾਤ जो बार बार जोर देके हमारे वो चैनल जो सिर्फ एक ग्रुप की इस सरकार की भाषा बोलते हैं वो एक बार एक बात जोर दे दे के कहते हैं कि ये जो किसान बिल आए हैं ये किसान के हित में है किसान की फेवर में है तो किसान को क्या दिक्कत है। मैं उनसे पूछना चाहता हूं भाई जो चीज आपसे मांगी नहीं मुझे चाहिए ही नहीं तो क्यों दे रहे हो जबरदस्ती यार मुझे। अब सर्दी का मौसम है मैं जैकेट पहन के बैठा हूं तो इधर लगा के एसी लगा दो भाई एसी बहुत ठंडी हवा देगा। नहीं चाहिए यार ले जा अपना एसी उठा के। यार सर्दी से मैं मर रहा हूं तुम शरबत आजम रूह अफजा बना के ले आओ रूह अफजा पी लो। नहीं पीना यार तेरा रूह अफजा क्यों पीऊंगा मैं नहीं चाहिए मुझे। आप कानून लेके आए बोले कानून किसान के हित में है तो लास्ट बात बोलूंगा अगर किसी को ये बात समझ में आए तो मेरी बात नोट करे। अब इसके बाद बोलने से पहले सोचना कि जितने भी मीडिया एंकर आके बोलते हैं जितने भी लोग यहां भी आए होंगे वो कहते हैं कि इसमें दिक्कत क्या है आपको तो ज्यादा दिया जा रहा है बड़ी चीज दी जा रही है। तो ऐसा करो अपनी कार आप मुझे दे दो आपके पास छोटी मोटी कार या बड़ी से बड़ी कार होगी ना वो कार आप मुझे दे दो मैं आपको बुलडोजर दे देता हूं। आप कार दे दो बुलडोजर ले जाओ बुलडोजर पे शादियों पे जाना बुलडोजर लेके फिर आप घूमना फिरना फैमिली के साथ। नहीं चाहिए यार बुलडोजर तुम्हारा तुम्हारी बड़ी बड़ी चीजें नहीं चाहिए हमें जो हमारे पास है वही रहने दो। किसान को मत छेड़ो किसान आपको दिखा दिया किसान ने कि जब चलता है ना तो ये पता ही नहीं है रास्ते में जो आप जहां जहां भी रोक लगाओगे ना ये तो रोक के ऊपर से निकल जाएंगे रोक के नीचे से निकल जाएंगे रोक भी रुक रुक के देखेगी कहां से निकल गई है। सो भाई एना भुल जाओ कि तुसी टोए पट के इन्हां नूं रोक लोगे और तुसी 20 फुट का टोया पुट के समझे इन्हां कोलों लंघिया नहीं जाना तुसी टोया पुट के जे मशीन नहीं मोड़ी साडे लोगों ने बुकां नाल ही भरता लो कहिंदे इन्नी गल सी बस ਉਹ ਤੇ ਹੱਥਾਂ ਨਾਲ ਭਰ ਦੇਣਗੇ ਟੋਏ ਤੁਹਾਡੇ। ਸੋ ਲਾਸਟ ਤੇ ਬੇਨਤੀ ਕਰਾਂਗਾ 2 ਘੰਟੇ 4 ਘੰਟੇ ਵੀ ਬੋਲ ਸਕਦਾ ਪਰ ਇਸ ਮੰਚ ਤੇ ਬੜੇ ਬੜੇ ਬੁੱਧੀਜੀਵੀਆਂ ਨੇ ਬੋਲਣਾ ਬਹੁਤਾ ਟਾਈਮ ਨਹੀਂ ਲੈਣਾ। ਸੋ ਮੈਂ ਤੁਹਾਨੂੰ ਸਿਰਫ ਇੰਨਾ ਕਹਾਂਗਾ ਕਿ ਤੁਸੀਂ ਕਿਸਾਨ ਨੂੰ ਇਹ ਨਾ ਸਮਝੋ ਵੀ ਇੱਥੇ ਬਾਰਡਰ ਤੇ ਆ ਕੇ ਬਹਿ ਗਿਆ ਇਹ ਸਬਰ ਹੈ ਕਿਸਾਨ ਦਾ 2 ਮਹੀਨੇ ਤੋਂ ਪੰਜਾਬ 'ਚ ਬੈਠਾ ਸੀ ਤੁਹਾਨੂੰ ਲੱਗਦਾ ਸੀ ਪੰਜਾਬ 'ਚ ਹੀ ਰਾਹ ਰੋਕੇ ਹੋਇਆ ਕੋਈ ਗੱਲ ਨਹੀਂ ਪੰਜਾਬ ਦੇ ਟੋਲ ਪਲਾਜ਼ਿਆਂ ਤੇ ਬੈਠਾ ਕੋਈ ਗੱਲ ਨਹੀਂ ਪੰਜਾਬ ਦੀਆਂ ਰੇਲਾਂ ਰੋਕੀਆਂ ਕੋਈ ਗੱਲ ਨਹੀਂ ਉਹ 2 ਮਹੀਨੇ 'ਚ ਕੋਈ ਗੱਲ ਕਰਨ ਆਇਆ ਨਹੀਂ ਅੱਜ 7 ਦਿਨ ਇੱਥੇ ਨਹੀਂ ਆਇਆ ਨੂੰ ਹੋਏ 4 ਵਾਰੀ ਗੱਲ ਦਾ ਸੁਨੇਹਾ ਆ ਗਿਆ ਵੀ ਆ ਕੇ ਬਾਤ ਕਰ ਲਓ ਇਹ ਇੱਥੇ ਗੱਲ ਨਹੀਂ ਮੁੱਕਣੀ। ਸੋ ਮੇਰੀ ਰਿਕੁਐਸਟ ਹੈ ਹੱਥ ਜੋੜ ਕੇ ਕਿ ਇਹ ਜਿਹੜਾ ਪ੍ਰਦਰਸ਼ਨ ਹੈ ਅਸੀਂ ਇਹਨੂੰ ਸ਼ਾਂਤੀ ਨਾਲ ਹੀ ਨਿਭਾਉਣਾ ਸ਼ਾਂਤੀ ਨਾਲ ਹੀ ਰੱਖਣਾ ਪਰ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਾਂਗਾ ਕੇਂਦਰ ਨੂੰ ਵੀ ਬੇਨਤੀ ਕਰਾਂਗਾ ਕਿ ਕਿਸੇ ਦੇ ਸਬਰ ਦਾ ਇਮਤਿਹਾਨ ਨਹੀਂ ਲਈਦਾ ਕਿਸੇ ਦਾ ਸਿਦਕ ਨਹੀਂ ਪਰਖੀਦਾ ਕਿਸੇ ਦੀ ਸ਼ਾਂਤੀ ਨਹੀਂ ਪਰਖੀਦੀ। ਜੋ ਹੱਕ ਕਿਸਾਨ ਆਪਣਾ ਲੈਣ ਆਇਆ ਉਹਦਾ ਕਿਸਾਨ ਦਾ ਹੱਕ ਉਹਨੂੰ ਦੇ ਕੇ ਉਹਨੂੰ ਹੱਥ ਜੋੜ ਕੇ ਅੰਨਦਾਤਾ ਨੂੰ ਵਿਦਾ ਕਰੋ ਵੀ ਚਲੋ ਆਪਣੇ ਪਿੰਡ ਵਾਪਸ ਆਪਣੇ ਘਰਾਂ 'ਚ ਜਾ ਕੇ ਖੇਤੀ ਕਰੋ। ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਜਿੱਦਣ ਇਹ ਕਾਲੇ ਕਾਨੂੰਨ ਪਾਸ ਹੋ ਰਹੇ ਸੀ ਜਿੱਦਣ ਇਹ ਕਾਲੇ ਕਾਨੂੰਨ ਪਾਰਲੀਮੈਂਟ 'ਚ ਵੀ ਪਾਸ ਹੋ ਰਹੇ ਹੋਣਗੇ ਧੱਕੇ ਨਾਲ ਜ਼ਬਰਦਸਤੀ ਵੀ ਉਦਣ ਵੀ 2 ਵਾਰੀ ਬ੍ਰੇਕ ਲੈ ਕੇ ਖਾਣਾ ਖਾਣ ਗਏ ਹੋਣਗੇ ਜਿਨ੍ਹਾਂ ਨੇ ਪਾਸ ਕੀਤੇ ਨੇ ਉਦੋਂ ਰੋਟੀ ਖਾਂਦਿਆਂ ਸੰਗ ਨਹੀਂ ਆਈ ਉਦੋਂ ਸਮਝ ਨਹੀਂ ਆਈ ਕਿ ਜਿਹੜੀ ਰੋਟੀ ਖਾ ਰਹੇ ਹਾਂ ਇਹ ਉਸੇ ਨੇ ਹੀ ਪੈਦਾ ਕੀਤੀ ਹੈ ਜਿਹਦੇ ਖਿਲਾਫ ਕਾਨੂੰਨ ਬਣਾਉਣ ਜਾ ਰਹੇ ਹਾਂ ਅਸੀਂ ਵਿੱਚੋਂ ਅੱਜ ਵੀ ਗੱਲਬਾਤ ਚੱਲ ਰਹੀ ਹੈ ਵਿੱਚੋਂ ਤੁਸੀਂ ਰੋਟੀ ਖਾਣ ਵੀ ਉੱਠਣਾ ਸਾਰਿਆਂ ਕੁਛ ਹੀ ਕਰਨਾ ਉਦੋਂ ਵੀ ਯਾਦ ਕਰਿਓ ਕਿ ਜਿਹੜੇ ਚੌਲ ਖਾਣ ਲੱਗੇ ਹਾਂ ਜਿਹੜੀ ਰੋਟੀ ਖਾਣ ਲੱਗੇ ਹਾਂ ਇਹ ਉਸੇ ਦੀ ਪੈਦਾ ਕੀਤੀ ਹੋਈ ਹੈ ਜਿਹਦੇ ਖਿਲਾਫ ਕਾਨੂੰਨ ਲੈ ਕੇ ਆ ਰਹੇ ਹਾਂ। ਸੋ ਗੱਲਾਂ ਬਹੁਤ ਕਰਨ ਨੂੰ ਜੀ ਕਰਦਾ ਪਰ ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਜੁਝਾਰੂਆਂ ਦਾ ਯੋਧਿਆਂ ਦਾ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸੰਸਾਰ ਨੂੰ ਦੱਸਤਾ ਕਿ ਸ਼ਾਂਤੀ ਨਾਲ ਪ੍ਰਦਰਸ਼ਨ ਕਿਵੇਂ ਹੁੰਦੇ ਨੇ ਇਹ ਪਹਿਲਾ ਮੋਰਚਾ ਹੋਏਗਾ ਦੁਨੀਆ 'ਚ ਜਿਹਦੇ 'ਚ ਮੂੰਗਫਲੀ ਵਾਲਾ ਮੂੰਗਫਲੀਆਂ ਵੀ ਵੇਚ ਰਿਹਾ ਰਿਓੜੀਆਂ ਵੀ ਆਪਣੀਆਂ ਵੇਚ ਰਿਹਾ ਉਹਨੂੰ ਇਹ ਡਰ ਨਹੀਂ ਮੇਰਾ ਮੂੰਗਫਲੀ ਦਾ ਦਾਣਾ ਕਿਸੇ ਨੇ ਚੁੱਕ ਲੈਣਾ। ਇੱਥੇ ਪ੍ਰਦਰਸ਼ਨ ਹੁੰਦੇ ਨੇ ਲੋਕ ਮੌਲਾਂ ਦੇ ਮੌਲ ਸਾੜ ਦਿੰਦੇ ਨੇ ਲੋਕ ਦੁਕਾਨਾਂ ਸਾੜ ਦਿੰਦੇ ਨੇ ਬਚ ਕੇ ਰਹੋ ਇਹਨਾਂ ਨੇ ਤੁਹਾਡੇ ਵਿੱਚ ਗਲਤ ਅਨਸਰ ਵੀ ਛੱਡਣੇ ਨੇ।
कई बॉर्डर के उत्ते मैं पता लगा इन्होंने तुहाडा करैक्टर चैक करने भी तुहाडे करैक्टर ते क्वेश्चन मार्क पाउण लई भी गलत आंसर छड्डे ने। अपने किरदार ते कायम रहो नौजवानों, ये बच के रहो, बड़िया साजिशां होनियां जे, समझ। समझ गए ना मैं की कह रहा। इन्होंने 200 रुपए च तुहाडा किरदार तुहाडा करैक्टर खरीदने की कोशिश करनी है, वह नहीं विकन देना। ये तुहाडे वीडियो भी बन गए इत्थे, तुहानू पता नहीं कौन कित्थों कवर कर रहा होएगा। बच के रहना, अपने आले दुआले घूमदे लोगों नाल राबते च रहो। भाई साहब खड़े ने पुछो, भाई जी कित्थों आए हो, वीर जी किहड़ा पिंड है, गल्लां करदे रहो। इत्थों ही पता लगेगा किहड़े तुहाडे अपने ने, किहड़े विच वाड़े होए ने। इन्नियां बेनतियां कबूल करो, किसान मजदूर एकता, किसान मजदूर एकता। असी सारा कलाकार भाईचारा, अज खिडारियों ने, चोटी के खिडारियों ने तुहानू पता अपने गोल्ड मैडल वापस करते, इन्हों अपने पद्म श्री वापस कर दिते ने। अज वड्डे वड्डे खिडारियों ने भी, अज साडे खिडारियों ने इन्हों अपने अर्जुन अवार्ड वापस कर दिते ने। अज सारा कलाकार भाईचारा, अज साडे पंजाब दे खिडारी, अज लिखारी, अज पत्रकार सारे तुहाडे नाल खड़े ने। इस मोर्चे नू साहिब सच्चे पातशाह दी छत्र छाया दे विच लै के अपनी नेक नीति नाल अगे वधियो। जित तुहाडी है, फतेह तुहाडी है। बोले सो निहाल। याद रखियो, तुहाडे विच तुहाडा करैक्टर खरीदण लई भी लोक छड्डे जाणगे। किरदार नहीं टिकण देना, इह नेरियां दे विच तुहाडे किरदार दा फायदा उठाणगे। तुहानू लालच दे के 200-400 दे विच तुहाडे करैक्टर खरीदना चाहणगे। अपना किरदार ना विकण दिओ नौजवानों, तुहानू इह पटकाउणगे पटकाउणगे, पटकणा नहीं, याद रखियो। और दूजी गल, कल भी बंदे फड़े गए जिहड़े तुसीं देखिआ होणा कि विच फिर के लोकां दीआं वीडियो बना रहे सी। चलो खैर, तुसीं सुचेत हो। इक गल मैं कलाकारां नूं वी बेनती करना चाहुंदा, मेरे साथी कलाकार भी बैठे ने इत्थे सारे साडे, मैं सारिआं नूं जिहड़े आउण वाले ने उहनां नूं भी कि तुहाडी डिमांड अपना किहड़ा गाजीपुर बार्डर दे उत्ते भी तुहाडी बहुत डिमांड है, उत्थे भी मनोबल वधाउण लई जरूर पहुँचो। जिहड़े दूर बैठे भी सानूं सुन रहे ने, जिन्हां ने आउणा भी है इत्थे, इत्थे भी जरूर आउण। इत्थे आउण तों पहिलां गाजीपुर बार्डर ते जा के लोकां दा मनोबल वधा के आउण। कलाकार, खिडारी, लेखक सारे सानूं अज इस मंच ते चाहीदे ने। सारे नित्तर के किसान दे बच्चे हां असीं, किसानी वास्ते अज अगे आ जाओ। वाहेगुरु जी का खालसा, वाहेगुरु जी की फतेह। किसान मजदूर एकता, गाजियाबाद बॉर्डर, मैं ताही कह रहा सी गाजियाबाद बॉर्डर जिहड़ा, उत्थे सारे ही पहुंचो, कलाकार साथी साडे स्पोर्ट्स परसन पहुंचो, ते ए जिंदाबाद का नारा जिहड़ा उत्थे भी बुलंद करो। बहुत शुक्रिया, मेहरबानी। वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। अपने आगू गलबात करन गया सी, सरकार कोई मेंगणा शेंगणा पा रहियां ही, आगुआं ने एक मुठ किया भी कोई गल आ, सारे कानून वापस लाओ। तां उहनां दा जिहड़ा लंच सी उहनूं ठोकर मार के अपने आगू जिहड़े आ उह बाहर आ गया। वाहेगुरु जी का खालसा, वाहेगुरु जी की फतेह। बच्चा बच्चा चौक देंगे, जमीन ते कब्जा, बच्चा बच्चा चौक देंगे, बच्चा बच्चा चौक देंगे। मान जेड़े साडे आगू उत्थे गलबात करन गए सी, मैं दस देना चाहुंदा, सोचो के बिक जाणगे, ए तुहाडे ताकतां ताजां नूं ठोकर मारन वाले आ, ते आ तुसीं एवें चाहां चूहां पला के खरीदण दी गल ना करो। हुण मैं बेनती करांगा साडे बहुत ही सत्कारयोग गायक वीर होर भी पहुंचे आ इत्थे, मेहताब विरक जी, सोनिया मान जी, निशान भुल्लर जी, ये सारे इकट्ठे हो। हुण मैं पहला बेनती करांगा एक एक करके, सोनिया मान जी पहला आ जाते हो, चर्चा करें कल कल थोड़े समय ले। हुण मैं मनुखता
ਆਜ਼ਾਦੀ ਸੇਵਾ ਸੁਸਾਇਟੀ ਤੋਂ ਆਏ ਗੁਰਪ੍ਰੀਤ ਸਿੰਘ ਜੀ ਮੈਂਟੂ ਜਿਹੜੀ ਬਹੁਤ ਵੱਡੀ ਸੇਵਾ ਕਰਦੇ ਆ ਮੈਂ ਜੀ ਆਇਆਂ ਆਖਦਾ ਬਹੁਤ ਬਹੁਤ ਧੰਨਵਾਦ ਇੱਕ ਰੋਲ ਮਾਡਲ ਹੋਇਆ ਕਰਦੇ ਇਸੇ ਤਰ੍ਹਾਂ ਦਾ ਸਾਡਾ ਵੀਰ ਹੈ ਜਿਹੜਾ ਸੇਵਾ ਕਰਦਾ ਦਿਨ ਰਾਤ ਹੁਣ ਮੈਂ ਬੇਨਤੀ ਕਰਾਂਗਾ ਮਹਿਤਾਬ ਬਿਰਕ ਤੇ ਸੋਨੀਆ ਮਾਨ ਜੀ ਨਿਸ਼ਾਨ ਭੁੱਲਰ ਜੀ ਪੰਜਾਬੀ ਗਾਇਕ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ ਤੇ ਤੁਹਾਨੂੰ ਇੱਕ ਸੇਧ ਵੀ ਦੇ ਕੇ ਜਾਣਗੇ ਨੌਜਵਾਨ ਵੀਰੋ ਇਹ ਮੰਚ ਤੁਹਾਡਾ ਹੈ ਇਹ ਜੰਗ ਤੁਹਾਡੀ ਹੈ ਸੁਚੇਤ ਤੁਸੀਂ ਰਹਿਣਾ ਹੈ ਕਿਰਦਾਰ ਜਿਹੜਾ ਉਹ ਡਿੱਗਣਾ ਨਹੀਂ ਚਾਹੀਦਾ ਇਹ ਬਾਰ ਬਾਰ ਗੱਲ ਕੀਤੀ ਜਾ ਰਹੀ ਹੈ ਤੁਹਾਡਾ ਕਿਰਦਾਰ ਪਰਖਣਗੇ ਕਿਰਦਾਰ ਡਿੱਗਣਾ ਨਹੀਂ ਚਾਹੀਦਾ ਕਿਰਦਾਰ ਹਰੀ ਸਿੰਘ ਨਲੂਏ ਵਾਲਾ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਇੱਥੇ ਜਿੰਨੇ ਵੀ ਮੇਰੇ ਬਜ਼ੁਰਗ ਬਾਪੂ ਜੀ ਬੈਠੇ ਨੇ ਜਿੰਨੇ ਭਰਾ ਆਏ ਨੇ ਜਿੰਨੀਆਂ ਭੈਣਾਂ ਆਈਆਂ ਨੇ ਬੀਬੀਆਂ ਆਈਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹੀ ਕਹਿਣਾ ਚਾਹੂੰਗੀ ਮੈਂ ਸਭ ਤੋਂ ਪਹਿਲਾਂ ਇੱਕ ਕਾਮਰੇਡ ਦੀ ਬੇਟੀ ਹਾਂ ਸ਼ਹੀਦ ਬਲਦੇਵ ਸਿੰਘ ਮਾਨ ਇੱਕ ਕਲਾਕਾਰ ਤੋਂ ਪਹਿਲਾਂ ਸੋ ਮੈਂ ਆਪਣੇ ਬਾਰੇ ਇਹ ਦੱਸਣਾ ਚਾਹੁੰਦੀ ਸੀਗੀ ਔਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੋ ਸਾਡੇ ਬਿੱਲ ਨੇ ਜੋ ਕਿਸਾਨੀ ਬਿੱਲ ਮੋਦੀ ਨੇ ਲਾਗੂ ਕੀਤੇ ਨੇ ਉਹ ਸਿਰਫ ਕਾਰਪੋਰੇਟ ਕੰਪਨੀਜ਼ ਦੇ ਫਾਇਦੇ ਵਾਸਤੇ ਉਹਨਾਂ ਨੇ ਲਾਗੂ ਕੀਤੇ ਨੇ ਭਾਵੇਂ ਉਹ APMC ਐਕਟ ਹੋਵੇ ਭਾਵੇਂ ਉਹ ਕੰਟਰੈਕਟ ਫਾਰਮਿੰਗ ਹੋਵੇ ਭਾਵੇਂ ਉਹ ਸਾਡੇ ਜਮ੍ਹਾਂਬੰਦੀ ਦਾ ਸਾਰਾ ਕੁਛ ਜਿੰਨਾ ਵੀ ਹੈਗਾ ਹੈ ਇਹ ਸਾਰਾ ਕੁਛ ਅਡਾਨੀ ਅੰਬਾਨੀ ਨੇ ਆਪਣੇ ਫਾਇਦੇ ਵਾਸਤੇ ਕੀਤਾ ਹੈ ਤਾਂ ਕਿ ਉਹ ਸਾਡੇ ਮੰਡੀ ਬੋਰਡ ਸਿਸਟਮ ਨੂੰ ਖਤਮ ਕਰ ਸਕੇ ਔਰ ਸਾਡੀ MSP ਨੂੰ ਫਿਨਿਸ਼ ਕਰ ਸਕੇ ਇਹ ਸਾਰੀਆਂ ਗੱਲਾਂ ਤੁਸੀਂ ਸਾਰੇ ਜਾਣੇ ਜਾਣਦੇ ਹੋ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਡਾ ਜਿੰਨਾ ਵੀ ਪੰਜਾਬ ਦਾ ਯੂਥ ਅੱਜ ਇੱਥੇ ਦੇਖ ਰਿਹਾ ਹੈ ਜੋ ਕਿ ਸਾਡੀ ਸੈਂਟਰਲ ਗਵਰਨਮੈਂਟ ਨੂੰ ਇਹ ਲੱਗਦਾ ਸੀਗਾ ਕਿ ਸਾਡੇ ਯੂਥ ਨੂੰ ਸਾਡੇ ਬਿੱਲਾਂ ਬਾਰੇ ਇੰਨੀ ਜਾਣਕਾਰੀ ਨਹੀਂ ਹੈਗੀ ਕਿਉਂਕਿ ਜਦੋਂ ਤੋਂ ਅਸੀਂ ਇਹ ਧਰਨਿਆਂ 'ਤੇ ਜਾਣਾ ਸ਼ੁਰੂ ਕੀਤਾ ਹੈ ਉਦੋਂ ਸਾਡਾ ਯੂਥ ਬਹੁਤ ਘੱਟ ਸੀਗਾ ਬਟ ਅੱਜ ਦੀ ਡੇਟ ਦੇ ਵਿੱਚ ਜਿੰਨਾ ਸਾਡਾ ਪੰਜਾਬ ਹਰਿਆਣਾ ਰਾਜਸਥਾਨ ਡਿਫਰੈਂਟ ਸਟੇਟਸ ਤੋਂ ਜਿੰਨਾ ਸਾਡਾ ਯੂਥ ਜੁੜਿਆ ਹੈ ਇਹ ਸੈਂਟਰ ਸਰਕਾਰ ਨੂੰ ਉਹਨੇ ਹਿਲਾ ਕੇ ਰੱਖ ਦਿੱਤਾ ਹੈ ਬਸ ਮੈਂ ਇਹੀ ਕਹਿਣਾ ਚਾਹੂੰਗੀ ਜਿਸ ਤਰੀਕੇ ਦੇ ਨਾਲ ਸਾਡੀਆਂ ਬੀਬੀਆਂ ਭੈਣਾਂ ਮੇਰੇ ਨਾਲ ਜਿਵੇਂ ਮੈਂ ਆ ਰਹੀ ਹਾਂ ਮੈਂ ਕਲਾਕਾਰ ਤੋਂ ਆਰਟਿਸਟ ਤੋਂ ਆ ਰਹੀ ਹਾਂ ਜਾਂ ਉਸ ਤੋਂ ਪਹਿਲਾਂ ਮੈਂ ਕਿਸਾਨ ਦੀ ਬੇਟੀ ਹਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਕੇ ਕਹਿੰਦੀ ਹਾਂ ਵੀ ਸਾਡੇ ਜਿੰਨੇ ਵੀ ਬੇਟੀਆਂ ਨੇ ਉਹ ਵੀ ਇੱਥੇ ਵੱਧ ਤੋਂ ਵੱਧ ਜੁੜਨ ਇੱਥੇ ਆ ਕੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਕਿਤੇ ਅਵੇਅਰਨੈਸ ਕ੍ਰੀਏਟ ਕਰਨ ਬਸ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦੀ ਬਾਕੀ ਸਾਰਿਆਂ ਨੂੰ ਪਤਾ ਹੈ ਬਾਕੀ ਭੁੱਲ ਚੁੱਕ ਹੋਵੇ ਤਾਂ ਮਾਫ਼ ਕਰਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਅੰਦੋਲਨ ਬਹੁਤ ਵੱਡੀ ਚੀਜ਼ ਬਣ ਚੁੱਕੀ ਹੈ ਪਿਛਲੇ 1.5-2 ਮਹੀਨੇ ਤੋਂ ਕਲਾਕਾਰ ਭਾਈਚਾਰਾ ਕਿਸਾਨ ਜਥੇਬੰਦੀਆਂ ਔਰ ਹਰ ਕਿਸਾਨ ਆਪਣਾ ਆਪਣਾ ਜ਼ੋਰ ਲਾ ਰਿਹਾ ਹੈ ਮੈਨੂੰ ਲੱਗਦਾ ਕਿ ਸਾਨੂੰ ਇਹ ਜਿਹੜਾ ਸੰਘਰਸ਼ ਹੈ ਦਿਨੋਂ ਦਿਨ ਹੋਰ ਤੇਜ਼ ਕਰਨਾ ਪਊਗਾ ਤਾਂ ਕਿ ਜਿਹੜੀ ਕੇਂਦਰ ਸਰਕਾਰ ਆ ਜਿਹੜੇ ਕਾਲੇ ਕਾਨੂੰਨ ਸਾਡੇ ਥੋਪੇ ਜਾ ਰਿਹਾ ਉਹ ਆਪਾਂ ਰੱਦ ਕਰਵਾਈਏ ਸੋ ਸਾਰਾ ਸਮੂਹ ਕਲਾਕਾਰ ਭਾਈਚਾਰਾ ਇੱਥੇ ਪਹੁੰਚ ਰਿਹਾ ਹੋਰ ਵੀ ਬਾਈ ਜੀ ਹੁਣੀ ਪਹੁੰਚੇ ਹੋਏ ਆ ਭੀਮ ਭਾਜੀ ਹੋਰ ਵੀ ਸਾਰੇ ਵੱਡੇ ਵੀਰ ਭਾਨਾ ਭਾਈ LA ਹੋਰ ਵੀ ਸਾਡੇ ਕਲਾਕਾਰ ਪਿੱਛੇ ਵੀ ਕਈ ਪਹੁੰਚੇ ਹੋਏ ਆ ਸਾਡਾ ਸਭ ਦਾ ਜੀ ਆਇਆਂ ਵੀ ਕਰਦਾ ਧੰਨਵਾਦ ਵੀ ਕਰਦਾ ਨਿਸ਼ਾਨ ਵੀਰ ਵੀ ਪਹੁੰਚਿਆ ਸੋਨੀਆ ਜੀ ਵੀ ਸੋ ਤੁਹਾਡਾ ਇੱਕ ਇੱਕ ਕਦਮ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜਿਹੜੀ ਲਹਿਰ ਹੈ ਇਹ ਹੁਣ ਉਦੋਂ ਹੀ ਖਤਮ ਹੋਊਗੀ ਜਦੋਂ ਸਾਡੇ ਹੱਕ ਸਾਨੂੰ ਦਿੱਤੇ ਜਾਣਗੇ ਜਦੋਂ ਇਹ ਕਾਲੇ ਕਾਨੂੰਨ ਸਾਡੇ ਰੱਦ ਕੀਤੇ ਜਾਣਗੇ ਕੇਂਦਰ ਸਰਕਾਰ ਨੂੰ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਅਸੀਂ ਜ਼ਰੂਰ ਚੌਥੇ ਅਸੀਂ ਜ਼ਰੂਰ ਹੋਰ 4 ਦਿਨਾਂ ਨੂੰ ਜ਼ਰੂਰ ਅਸੀਂ ਸਬਕ ਸਿਖਾਵਾਂਗੇ ਸੋ ਸਾਨੂੰ ਇੱਕੇ ਦੀ ਲੋੜ ਹੈ ਇਸੇ ਤਰ੍ਹਾਂ ਪੰਜਾਬ ਵੱਡਾ ਭਰਾ ਹਰਿਆਣਾ ਛੋਟਾ ਭਰਾ ਮੈਂ ਹੁਣੇ ਗੀਤ ਕੀਤਾ ਸੀ ਉਹਦੇ ਵਿੱਚ ਵੀ ਮੈਂ ਇਹ ਲਾਈਨ ਜ਼ਰੂਰ ਪਾਈ ਸੀ ਲਿਖਵਾ ਕੇ ਕਿਉਂਕਿ ਪਹਿਲਾਂ ਸਾਨੂੰ ਵੰਡਿਆ ਗਿਆ ਚਾਹੇ ਕੋਈ ਪੰਜਾਬ ਹੈ ਚਾਹੇ ਹਰਿਆਣਾ ਸਾਡੇ ਦਿਲਾਂ ਦੇ ਵਿੱਚ ਥੋੜ੍ਹੀ ਜੀ ਫਿੱਕ ਪਾਈ ਗਈ ਸੀ ਪਰ ਹੁਣ ਇਸ ਅੰਦੋਲਨ ਤੋਂ ਅਸੀਂ ਕਲੀਅਰ ਕਰ ਦਿੱਤਾ ਵੀ ਹਰਿਆਣਾ ਪੰਜਾਬ ਦੇ ਵਿੱਚ ਕੋਈ ਫਰਕ ਨਹੀਂ ਸੋ ਜਿਹੜੀ ਮੈਂ ਲਾਈਨ ਪਾਈ ਸੀ ਮੈਂ ਜ਼ਰੂਰ 2 ਲਾਈਨਾਂ ਗਾ ਕੇ ਜਾਊਂਗਾ ਉਹ ਸਾਡਾ ਇਕੱਠਿਆਂ ਦਾ ਹੀ ਮਸਲਾ ਏ ਆਪਾਂ ਦਿੱਲੀ ਨੂੰ ਸਮਝਾਉਣਾ ਏ ਅਸੀਂ ਚਾਚੇ ਤਾਏ ਦੇ ਪੁੱਤਰ ਕੀ ਪੰਜਾਬ ਤੇ ਕੀ ਹਰਿਆਣਾ ਏ ਇਹ ਬਿੱਲ ਬੁੱਲ ਨਹੀਂ ਪਰਵਾਨ ਵੀਰਿਆ ਇਹ ਬਿੱਲ ਸਾਡੀ ਮੌਤ ਦਾ ਸਮਾਨ ਵੀਰਿਆ ਇਕੱਠੇ ਹੋਈਏ ਮੇਰੇ ਉਹ ਕਿਸਾਨ ਵੀਰਿਆ ਇਕੱਠੇ ਹੋਈਏ ਮੇਰੇ ਉਹ ਕਿਸਾਨ ਵੀਰਿਆ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਇਨਕਲਾਬ ਇਨਕਲਾਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਹਿੰਮਤੇ ਹੀ ਕਰਦੇ ਸ਼ਿਕਵਾ ਹਾਰੇ ਹੋਏ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ
ਇਹ ਲੜਾਈ ਸਾਡੀ ਹੋਣ ਦੀ ਲੜਾਈ ਹੈ, ਸਾਡੀ ਪਹਿਚਾਣ ਦੀ ਲੜਾਈ ਹੈ। ਤੇ ਜੇ ਅੱਜ ਇਹ ਇਕੱਲੇ ਕਿਸਾਨ ਦੀ ਗੱਲ ਨਹੀਂ, ਇਹ ਸਾਡੀ ਸਾਰਿਆਂ ਦੀ ਗੱਲ ਹੈ। ਤੇ ਅਗਰ ਅੱਜ ਅਸੀਂ ਇਕੱਠੇ ਨਾ ਰਹੇ, ਜੇ ਅੱਜ ਅਸੀਂ ਇਹ ਜੰਗ ਨਾ ਜਿੱਤੀ ਔਰ ਸ਼ਿੱਦਤ ਦੇ ਨਾਲ ਨਾ ਲੜੀ, ਤਾਂ ਕੱਲ ਨੂੰ ਇੱਕ ਮਨੋਪਰੀ ਬਣ ਜੂਗੀ ਔਰ ਅਸੀਂ ਇੱਕੋ ਹੀ ਮੁੱਠੀ ਦੇ ਕਬਜ਼ੇ ਦੇ ਵਿੱਚ ਆ ਜਾਾਂਗੇ। ਤੇ ਔਰ ਸਰਕਾਰ ਨੂੰ, ਇਸ ਅੰਨੀ ਬੋਲੀ ਸਰਕਾਰ ਨੂੰ ਸੁਣਾਉਣ ਲਈ ਧਮਾਕਾ ਕਰਨਾ ਹੀ ਪੈਂਦਾ ਹੈ। ਤੇ ਇਹ ਜਿਹੜਾ ਸਾਡਾ ਅੰਦੋਲਨ ਹੈ, ਇੱਕ ਬਹੁਤ ਬੜਾ ਧਮਾਕਾ ਹੈ। ਇੱਕ ਛੋਟੀ ਜੀ ਬੇਨਤੀ, ਵੈਸੇ ਮੈਂ ਪ੍ਰਬੰਧਕਾਂ ਵੱਲੋਂ ਵੀ ਇੱਥੋਂ ਸਾਡੇ ਵੀਰਾਂ ਵੱਲੋਂ ਹੋਈ ਸੀ ਕਿ ਜਿਹੜੇ ਮੇਰੇ ਨੌਜਵਾਨ ਭਰਾ ਟਰੈਕਟਰਾਂ 'ਤੇ ਉੱਚੀ ਉੱਚੀ ਡੈੱਕ ਲਾ ਕੇ ਜਾਂਦੇ ਆ, ਇੱਕ ਉਹਨਾਂ ਨੂੰ ਬੇਨਤੀ ਹੈ ਕਿ ਥੋੜ੍ਹਾ ਜਿਹਾ ਮਤਲਬ ਉਸ ਚੀਜ਼ ਨੂੰ ਅਨੁਸ਼ਾਸਨ 'ਚ ਰੱਖਣ। ਅਤੇ ਇੱਕ ਜਦੋਂ ਕੋਈ ਐਂਬੂਲੈਂਸ ਜਾਂ ਕੋਈ ਜ਼ਰੂਰਤਮੰਦ ਜਾਂਦਾ ਤਾਂ ਉਹਨੂੰ ਪਲੀਜ਼ ਰਾਹ ਦਿੱਤਾ ਜਾਵੇ, ਤਾਂ ਕਿ ਸਾਡਾ ਇਹ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਇਹਦੀਆਂ ਸਿਫਤਾਂ ਹੋ ਰਹੀਆਂ ਕਿ ਇੰਨਾ ਵੱਡਾ ਕੱਟ, ਲੱਖਾਂ ਲੋਕ ਇਕੱਠੇ ਹੋਏ ਨੇ ਅਤੇ ਇੰਨੀ ਸ਼ਾਂਤੀ, ਇੰਨਾ ਅਨੁਸ਼ਾਸਨ, ਅਤੇ ਸਾਡਾ ਕਿਸੇ ਛੋਟੀ ਜਿਹੀ ਗਲਤੀ ਕਰਕੇ ਸਾਡੀ ਕਿਤੇ ਵੀ ਸਾਨੂੰ ਸਾਡੀ ਹੇਠੀ ਨਾ ਹੋਵੇ। ਅਤੇ ਜਿੰਦਾਬਾਦ। ਦੂਜੀ ਗੱਲ ਕਿ ਅੱਜ ਦੀ ਮੀਟਿੰਗ ਵੀ ਮੈਨੂੰ ਲੱਗਦਾ ਬੇਸਿੱਟਾ ਹੀ ਰਹੀ ਹੈ ਜੀ। ਅਤੇ ਅਸੀਂ ਹੁਣ, ਪਹਿਲਾਂ ਕਹਿੰਦੇ ਸੀ ਇਕੱਲੇ ਪੰਜਾਬ ਨੂੰ ਤਕਲੀਫ ਹੈ, ਇਕੱਲੇ ਪੰਜਾਬ ਨੂੰ ਤਕਲੀਫ ਨਹੀਂ, ਪੂਰੇ ਮੁਲਕ ਨੂੰ ਤਕਲੀਫ ਹੈ। ਇਕੱਲੇ ਪੰਜਾਬ ਤੋਂ ਨਹੀਂ, ਮੈਂ ਰਾਜਸਥਾਨ ਹਨੂੰਮਾਨਗੜ੍ਹ ਤੋਂ ਹੈ, ਮੈਂ ਰਾਜਸਥਾਨ ਦਾ ਰਹਿਣ ਵਾਲਾ, ਮੈਂ ਵੀ ਇੱਥੇ ਹਾਂ ਅਤੇ ਮੇਰੇ ਨਾਲ ਦੇ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਨੇ, ਅਤੇ ਅਸੀਂ ਇੱਥੇ ਹੀ ਰਵਾਂਗੇ ਜਿਵੇਂ ਜਿਵੇਂ ਸਾਨੂੰ ਸਾਡੀ ਲੋੜ ਪਊਗੀ, ਜਿਵੇਂ ਜਿਵੇਂ ਜਿੱਥੇ 'ਤੇ ਸਾਡੀ ਲੋੜ ਪਊਗੀ ਅਸੀਂ ਹਮੇਸ਼ਾ ਉੱਥੇ ਮੌਜੂਦ ਰਵਾਂਗੇ। ਅਤੇ ਦੂਜੀ ਗੱਲ, ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਬੁਲਾਰੇ ਹੋਰ ਵੀ ਬਹੁਤ ਨੇ। ਮੇਰੇ ਵੀਰਾਂ ਨੇ ਇੱਕ ਮੈਨੂੰ ਹੁਕਮ ਕੀਤਾ ਸੀ ਕਿ ਮੈਂ ਦੋ ਲਾਈਨਾਂ ਮੈਂ ਭਗਤ ਸਿੰਘ ਗਾਣੇ ਦੀਆਂ ਗਾਵਾਂ। ਹੋ ਗੱਲ ਸੁਣ ਭਗਤ ਸਿੰਘ ਸਰਦਾਰਾ, ਜ਼ੁਲਮ ਨਾਲ ਲੜਨਾ ਪਊ ਦੁਬਾਰਾ, ਮਾਰ ਚੌਂਕੜਾ ਚੋਰ ਨੇ ਬਹਿ ਗਏ ਸਾਡੀਆਂ ਵੋਟਾਂ ਤੇ, ਤੇਰੀ ਫੋਟੋ ਕਿਉਂ ਨੀ ਭਗਤ ਸਿਆਂ ਲੱਗਦੀ ਨੋਟਾਂ ਤੇ, ਹਾਂ ਤੇਰੀ ਫੋਟੋ ਕਿਉਂ ਨੀ ਭਗਤ ਸਿਆਂ ਲੱਗਦੀ ਨੋਟਾਂ ਤੇ। ਇਨਕਲਾਬ ਜਿੰਦਾਬਾਦ। ਕਿਸਾਨ ਮਜ਼ਦੂਰ